ਵਾਲੀ ਆ। ਆਓ ਬਾਈ, ਤੋਰੀ ਵਾਲੇ, ਅੰਬ ਵਾਲੇ ਬਾਈ, ਕੱਦੂ ਵਾਲੇ, ਵੈਂਗਣੀ ਵਾਲੇ, ਤੋਰੀ ਵਾਲੇ ਬਾਈ, ਤੋਰੀ 30 ਰੁਪਈਏ, 30 ਰੁਪਈਏ ਬਾਈ, ਕੱਦੂ 60 ਰੁਪਈਏ ਬਾਈ। ਜਿਵੇਂ ਕੱਦੂ ਹੋ ਗਏ, ਤੋਰੀਆਂ ਹੋ ਗਈਆਂ, ਮਟਰ ਹੋ ਗਏ, ਗੋਭੀ ਹੋ ਗਈ, ਇਹਨਾਂ ਚੀਜ਼ਾਂ ਦੇ ਰੇਟ ਇੰਨੇ ਕੁ ਹਾਈ ਹੋ ਚੁੱਕੇ ਆ ਵੀ ਲੋਕੀ ਸਬਜ਼ੀਆਂ ਨਾਲੋਂ ਫਰੂਟ ਖਾਣਾ ਜ਼ਿਆਦਾ ਪਸੰਦ ਕਰਦੇ ਪਏ ਆ, ਕਿਉਂਕਿ ਫਰੂਟ ਸਸਤਾ ਇਸ ਵੇਲੇ। ਸ਼ਿਮਲਾ ਮਿਰਚ ਆ, ਜਿਹਨੂੰ ਕੋਈ ਅਸੀਂ 5 ਰੁਪਏ ਕਿਲੋ ਵੇਚਦੇ ਪਏ ਸੀਗੇ, ਅੱਜ ਉਹਦਾ ਭਾਅ 70-80 ਰੁਪਏ ਕਿਲੋ ਮੰਡੀ ਦੇ ਪੀਜਨ ਹੋ ਚੁੱਕੀ ਆ। ਹਾਂ, ਵਿਕੀ ਜਾਂਦੇ ਉਹ ਇੱਥੇ ਵੀ 20 ਰੁਪਏ 25 ਰੁਪਏ ਵਿਕਦੇ ਜੀ। ਉਹ ਕੱਦੂ ਮਹਿੰਗੇ ਆ, ਹੁਣ ਫਸਲ ਮਰ ਗਈ ਨਾ, ਸਾਡੇ ਸੜਨ ਕਰਕੇ ਕੱਦੂ ਮਹਿੰਗੇ ਹੋ ਗਏ। ਸਾਰੀ ਸਬਜ਼ੀ ਨੂੰ ਅੱਗ ਲੱਗੀ ਹੋਈ ਹੈ। ਕੱਦੂ ਆ ਜਿਹੜੇ ਨੂੰ ਕੋਈ 2-4-5 ਰੁਪਏ ਕਿਲੋ ਨਹੀਂ ਕੋਈ ਲੈਂਦਾ ਸੀ, ਅੱਜ ਉਹਦਾ ਭਾਅ 60 ਰੁਪਏ ਕਿਲੋ ਹੋ ਚੁੱਕਿਆ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਗਰਮੀ ਨੇ ਫਸਲਾਂ ਤੇ ਸਬਜ਼ੀਆਂ ਤੇ ਕੁਝ ਅਜਿਹੀ ਮਾਰ ਪਾਈ ਆ ਕਿ ਹਾਲਾਤ ਇਹ ਬਣ ਗਏ ਆ ਕਿ ਜਿਹੜਾ ਘੀਆ ਕੱਦੂ ਉਹ ਅੱਜ ਕੱਲ੍ਹ ਬਾਗਾਂ ਦੇ ਰਾਜੇ ਅੰਬ ਤੇ ਅਮਰੂਦ ਦੀ ਆਕੜ ਬਣ ਰਿਹਾ ਹੈ। ਯਾਨੀ 1 ਕਿਲੋ ਘੀਆ ਕੱਦੂ ਦੇ ਬਰਾਬਰ ਚਾਹੇ 2 ਕਿਲੋ ਅੰਬ ਲੈ ਲਓ ਜਾਂ 2 ਕਿਲੋ ਅਮਰੂਦ, ਇਸ ਰੇਟ ਵਿੱਚ ਘੀਆ ਕੱਦੂ ਫਰੀਦਕੋਟ ਦੇ ਵਿੱਚ ਵਿਕ ਰਿਹਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਸ਼ਿਮਲਾ ਮਿਰਚ, ਮਟਰ ਤੇ ਗੋਭੀ, ਇਹ ਸਾਰੀਆਂ ਅਜਿਹੀਆਂ ਸਬਜ਼ੀਆਂ ਜਿਹੜੀਆਂ ਕਿ ਇਸ ਵੇਲੇ ਫਲਾਂ ਤੋਂ ਮਹਿੰਗੀਆਂ ਵਿਕ ਰਹੀਆਂ। ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਫਰੀਦਕੋਟ ਦੀ ਸਬਜ਼ੀ ਮੰਡੀ ਵਿੱਚ, ਉੱਥੇ ਦਿਖਾਉਂਦੇ ਹਾਂ ਕਿਸ ਤਰ੍ਹਾਂ ਸਬਜ਼ੀਆਂ ਦਾ ਰਾਜਾ ਬਣਿਆ ਹੋਇਆ ਇਹ ਅੱਜ ਕੱਲ੍ਹ ਕੱਦੂ ਤੇ ਭੰਨ ਰਿਹਾ ਹੈ, ਕਿਸ ਤਰ੍ਹਾਂ ਅੰਬ, ਅਮਰੂਦ ਤੇ ਹੋਰ ਕਈ ਫਲਾਂ ਦੀ ਆਕੜ। ਆਓ ਬਾਈ, ਤੋਰੀ ਵਾਲੇ, ਅੰਬ ਵਾਲੇ ਬਾਈ, ਕੱਦੂ ਵਾਲੇ, ਵੈਂਗਣੀ ਵਾਲੇ, ਤੋਰੀ ਵਾਲੇ ਬਾਈ, ਤੋਰੀ 30 ਰੁਪਈਏ, 30 ਰੁਪਈਏ ਬਾਈ, ਕੱਦੂ 60 ਰੁਪਈਏ ਬਾਈ, ਭਿੰਡੀ 20 ਰੁਪਈਏ ਕਿਲੋ ਬਾਈ, ਵੈਂਗਣੀ 25 ਰੁਪਈਏ ਬਾਈ, ਅੰਬ 30 ਰੁਪਈਏ, 30 ਰੁਪਈਏ ਬਾਈ। ਆਓ ਬਾਈ, ਬਾਗਾਂ ਦੇ ਪੇੜੇ ਆ ਗਏ ਆ ਬਾਈ, ਬਾਗਾਂ ਦੇ ਪੇੜੇ 50 ਰੁਪਈਏ ਬਾਈ, 50 ਰੁਪਈਏ ਕਿਲੋ ਅਮਰੂਦ ਕਰਤਾ ਬਾਈ, ਸ਼ਿਮਲਾ ਮਿਰਚ 60 ਰੁਪਈਏ ਬਾਈ, 60 ਰੁਪਈਏ ਕਿਲੋ ਕਰਤੀ ਬਾਈ, ਤੋਰੀ 30 ਰੁਪਈਏ, 30 ਰੁਪਈਏ ਬਾਈ, ਹਰੀ ਤੋਰੀ ਵਾਲੇ ਆ ਜਾਓ ਬਾਈ, ਹਰੀ ਤੋਰੀ 30 ਰੁਪਈਏ ਬਾਈ, ਕੱਦੂ 60 ਰੁਪਈਏ ਬਾਈ। ਸਭ ਤੋਂ ਵੱਡਾ ਕਾਰਨ ਹੈ, ਇੱਕ ਤਾਂ ਬਰਸਾਤਾਂ ਨਹੀਂ ਹੋਈਆਂ ਗਈਆਂ, ਬਰਸਾਤਾਂ ਨਾ ਹੋਣ ਕਰਕੇ ਸਾਰੀ ਸਬਜ਼ੀ ਨੂੰ ਹੀ ਅੱਗ ਲੱਗੀ ਹੋਈ ਹੈ। ਕੱਦੂ ਆ ਜਿਹੜੇ ਨੂੰ ਕੋਈ 2-4-5 ਰੁਪਏ ਕਿਲੋ ਨਹੀਂ ਕੋਈ ਲੈਂਦਾ ਸੀ, ਅੱਜ ਉਹਦਾ ਭਾਅ 60 ਰੁਪਏ ਕਿਲੋ ਹੋ ਚੁੱਕਿਆ। ਤੋਰੀਆਂ ਹੋ ਗਈਆਂ, ਤੋਰੀਆਂ ਦੀ ਵੀ ਪੀਸ ਨਹੀਂ ਹੈ, ਭਿੰਡੀਆਂ ਲਾ ਲਓ, ਭਿੰਡੀਆਂ ਵੀ 50 ਰੁਪਏ ਕਿਲੋ ਦੇ ਅੰਦਰ ਬਾਹਰ ਚੱਲਦੀਆਂ ਪਈਆਂ, ਮਟਰ 100 ਤੋਂ 125 ਰੁਪਏ ਕਿਲੋ ਚੱਲਦਾ ਪਿਆ ਹੈਗਾ। ਇਹ ਸਾਰਾ ਜਿਹੜੇ ਬਰਸਾਤਾਂ ਨਾ ਹੋਣ ਕਰਕੇ ਨਾ ਜੀ, ਇਹ ਕੰਮ ਸ਼ਿਮਲਾ ਮਿਰਚ ਹੈ ਜਿਹਨੂੰ ਕੋਈ ਅਸੀਂ 5 ਰੁਪਏ ਕਿਲੋ ਵੇਚਦੇ ਪਏ ਸੀਗੇ, ਅੱਜ ਉਹਦਾ ਭਾਅ 70-80 ਰੁਪਏ ਕਿਲੋ ਮੰਡੀ ਦੇ ਪੀਸ਼ਨ ਹੋ ਚੁੱਕੀ ਹੈ। ਇਹਦਾ ਕਾਰਨ ਇਹੀ ਹੈ ਜੀ, ਮੇਨ ਸਬਜ਼ੀ ਬਹੁਤ ਘੱਟ ਆ ਰਹੀ ਹੈ। ਕਿਹੜੀਆਂ-ਕਿਹੜੀਆਂ ਸਬਜ਼ੀਆਂ ਜਿਹੜੀਆਂ ਉਹ ਫਰੂਟ ਤੋਂ ਟੱਪੀਆਂ ਪਈਆਂ, ਕਿਹੜੇ-ਕਿਹੜੇ ਫਰੂਟ ਆ? ਇਸ ਵੇਲੇ ਮਟਰ ਬਹੁਤ ਟੱਪਿਆ ਹੋਇਆ ਜੀ, ਮਟਰ 150 ਰੁਪਏ ਕਿਲੋ ਹੋਇਆ ਪਿਆ, ਗੋਭੀ ਹੈਗੀ ਹੈ 50-60 ਰੁਪਏ ਕਿਲੋ ਹੋਈ ਪਈ ਹੈ, ਮੰਡੀ ਦਾ ਪੀਸ਼ਨ ਹੈ ਜੀ ਇਹ, ਬਾਜ਼ਾਰ 'ਚ ਤਾਂ ਅਗਲੇ ਨੇ 10-20 ਰੁਪਏ ਕਿਲੋ ਵਧਾ ਕੇ ਵੇਚਣੀ ਹੈ। ਤੋਰੀਆਂ, ਕੱਦੂ ਹੈਗੇ ਆ 50 ਤੋਂ 60 ਰੁਪਏ ਕਿਲੋ ਹੋਏ ਪਏ ਆ, ਟਮਾਟਰ ਲਾ ਲਓ, ਟਮਾਟਰ 60 ਰੁਪਏ ਵੀ ਹੋ ਗਿਆ, 70 ਰੁਪਏ ਵੀ ਹੋ ਗਿਆ। ਫਰੂਟ ਕਿਹੜਾ-ਕਿਹੜਾ ਸਸਤਾ ਜੀ? ਫਰੂਟ ਇਸ ਵੇਲੇ ਕੇਲਾ ਸਸਤਾ ਜੀ, ਅੰਬ ਸਸਤਾ ਹੈ ਕਿਉਂਕਿ ਅੰਬ ਦੀ ਹੁਣ ਰੁੱਤ ਜਾ ਚੁੱਕੀ ਆ, ਮਤਲਬ ਹੁਣ ਉਹਦਾ ਨਾ ਤਾਂ ਟੇਸਟ ਰਿਹਾ ਹੈਗਾ, ਉਹਦੀ ਪੀਸ਼ਨ 10 ਤੋਂ 15 ਰੁਪਏ ਕਿਲੋ ਦੇ ਵਿੱਚ ਅੰਬ ਚੱਲਦਾ ਪਿਆ ਹੈਗਾ। ਕੇਲਾ ਹੈਗਾ 20 ਤੋਂ 25 ਰੁਪਏ ਕਿਲੋ ਦੀ ਪੀਸ਼ਨ ਚੱਲਦੀ ਵੀ ਹੈਗੀ ਆ, ਇਹ ਪੀਸ਼ਨ ਚੱਲਦੀ ਵੀ ਹੈ ਜੀ ਇਸ ਵੇਲੇ। ਸਬਜ਼ੀਆਂ ਦਾ ਇਹ ਹਾਲ ਹੋ ਗਿਆ, ਅੱਜ ਕੇਲਾ ਹੋ ਗਿਆ, ਅੰਬ ਹੋ ਗਏ, ਬੱਬੂ ਕੋਸ਼ਾ ਹੋ ਗਿਆ, ਇਹਨਾਂ ਆਪਣਾ ਇਹਨਾਂ ਚੀਜ਼ਾਂ ਦੇ ਉੱਤੋਂ ਸਬਜ਼ੀਆਂ ਦੇ ਰੇਟ ਇਹਨਾਂ ਦੇ ਉੱਤੇ ਦੀ ਹੋ ਗਿਆ। ਜਿਵੇਂ ਕੱਦੂ ਹੋ ਗਏ, ਤੋਰੀਆਂ ਹੋ ਗਈਆਂ,
ਮਟਰ ਹੋ ਗਏ, ਗੋਭੀ ਹੋ ਗਈ, ਇਹਨਾਂ ਚੀਜ਼ਾਂ ਦੇ ਰੇਟ ਇੰਨੇ ਕੁ ਹਾਈ ਹੋ ਚੁੱਕੇ ਆ ਵੀ ਲੋਕੀ ਸਬਜ਼ੀਆਂ ਨਾਲੋਂ ਫਰੂਟ ਖਾਣਾ ਜ਼ਿਆਦਾ ਪਸੰਦ ਕਰਦੇ ਪਏ ਆ, ਕਿਉਂਕਿ ਫਰੂਟ ਸਸਤਾ ਹੈ ਇਸ ਵੇਲੇ, ਸਬਜ਼ੀਆਂ ਬਹੁਤ ਮਹਿੰਗੀਆਂ। ਦੇਖੋ ਜੀ, ਫਲਾਂ ਰੇਟ ਆ ਤਕਰੀਬਨ ਦੁਸ਼ਹਿਰੀ ਅੰਬ 40-45 ਰੁਪਏ ਕਿਲੋ ਵਿਕ ਰਿਹਾ, ਚੌਸਾ 60 ਰੁਪਏ ਵਿਕ ਰਿਹਾ ਜੀ, ਤੇ ਕੱਦੂ ਆ ਜਿਹੜੇ 50 ਰੁਪਏ ਕਿਲੋ ਵਿਕ ਰਿਹਾ, ਤੋਰੀ ਵਿਕੀ 40 ਰੁਪਏ ਕਿਲੋ ਜੀ। ਐਰ ਕੀ ਦੇਖੋ ਜੀ, ਗਰਮੀ ਜ਼ਿਆਦਾ ਹੋਣ ਕਰਕੇ ਸਬਜ਼ੀਆਂ ਸੜ ਗਈਆਂ ਜੀ, ਉਹ ਘੱਟ ਹੋਣ ਕਰਕੇ ਉਹਨਾਂ ਰੇਟ ਵੱਧ ਗਏ ਜੀ। ਇਹ ਅਲੱਗ ਅਲੱਗ ਵਰਾਇਟੀ ਆ ਜੀ, ਇੱਕ ਤਾਂ ਪਠਾਨਕੋਟ ਦੀ, ਇੱਕ ਮਲੀਆਬਾਦ ਦੀ, ਜਿਹੜੀ ਪਠਾਨਕੋਟ ਦੀ ਉਹ ਸਸਤੀ ਵਿਕਦੀ ਆ, ਮਲੀਆਬਾਦ ਮਹਿੰਗੀ ਵਿਕਦੀ। ਹਾਂ ਵਿਕੀ ਜਾਂਦੀ ਉਹ, ਇੱਥੇ 20-22 ਰੁਪਏ 25 ਰੁਪਏ ਵਿਕਦੇ ਜੀ ਉਹ। ਕੱਦੂ ਮਹਿੰਗੇ ਆ, ਹੁਣ ਫਸਲ ਮਰ ਗਈ ਨਾ ਜੀ, ਸੜਨ ਕਰਕੇ ਕੱਦੂ ਮਹਿੰਗੇ ਹੋ ਗਏ ਜੀ। ਆਓ ਬਾਈ, ਤੋਰੀ ਵਾਲੇ ਅੰਬ ਵਾਲੇ ਬਾਈ, ਕੱਦੂ ਵਾਲੇ, ਵੈਂਗਣੀ ਵਾਲੇ, ਤੋਰੀ ਵਾਲੇ ਬਾਈ, ਤੋਰੀ